ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਡੇ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ ਉੱਤੇ ਸਵਾਗਤ ਹੈ ਜੀ। ਅੱਜ ਜੀ ਆਪਾਂ ਕਈ ਵੀਰਾਂ ਦੀ ਡਿਮਾਂਡ 'ਤੇ ਲੈ ਕੇ ਆਏ ਹਾਂ ਅਮਰ ਪਟਿਆਲਾ ਸ਼ਾਹੀ ਪੱਗ ਅਤੇ ਪਲੱਸ ਬੇਸ, ਅਤੇ ਜਿਹੜਾ ਆਪਾਂ ਦੂੜਾ ਕਰਨਾ ਅਤੇ ਕੇਸਾਂ ਨੂੰ ਆਪਾਂ ਕੰਘਾ ਕਰਕੇ ਅਤੇ ਫਿਰ ਆਪਾਂ ਜਿਹੜਾ ਉਹਦੇ ਬਟੇ ਪਾ ਕੇ ਜੂੜੇ ਨੂੰ ਜਿਵੇਂ ਆਪਾਂ ਆਮ ਜੂੜਾ ਸੈਂਟਰ 'ਚ ਕਰ ਦਿੰਦੇ ਹਾਂ, ਉਵੇਂ ਆਪਾਂ ਜਿਹੜਾ ਫੁੱਲ ਮਾਇਆ ਜੂੜਾ ਕਰਕੇ ਅਤੇ ਸਾਈਡ 'ਤੇ ਕਰਨਾ। ਆਪਾਂ ਜਿਹੜੇ ਪੱਗ ਦੀ ਫਲਾਵਟ ਲਈ ਸਾਈਡ 'ਤੇ ਆਪਾਂ ਜਿਹੜਾ ਜੂੜਾ ਕਰਨਾ, ਅਤੇ ਆਪਾਂ ਜਿਹੜਾ ਜੂੜੇ ਸੈੱਟ ਕਰਕੇ ਆਪਾਂ ਜਿਹੜਾ ਜੂੜਾ ਉਹ ਢਿੱਲਾ ਰੱਖਣਾ ਥੋੜ੍ਹਾ ਜਿਹਾ, ਤਾਂ ਜਿਹੜਾ ਆਪਾਂ ਆਪਣੀ ਜਿਹੜੀ ਪੱਗ 'ਚ ਫਲਾਵਟ ਲਿਆ ਸਕੀਏ। ਅਤੇ ਫਿਰ ਆਪਾਂ ਜਿਹੜਾ ਬੇਸ ਆ ਉਹ ਜਿਹੜਾ ਆਪਾਂ 1 ਮੀਟਰ ਦਾ ਕੱਪੜਾ ਲਿਆ, ਅਤੇ ਆਪਾਂ ਜਿਹੜਾ ਉਹ ਡਬਲ ਹੀ ਰੱਖਿਆ, ਅਤੇ ਵਿਚਾਲੋ ਜਿਹੜਾ ਆਪਾਂ ਅੱਧਾ ਨਹੀਂ ਕਰਿਆ। ਅਤੇ ਫਿਰ ਆਪਾਂ ਜਿਹੜਾ ਪਹਿਲਾਂ ਲਾਉਣਾ ਜਿਹੜਾ ਆਪਾਂ ਪੂਣੀ ਦਾ ਜਿਵੇਂ ਆਪਾਂ ਕੱਪੜੇ ਦਾ ਪਹਿਲਾ ਕੰਨੀ ਹੁੰਦੀ ਹੈ, ਪਹਿਲੀ ਕੰਨੀ ਹੁੰਦੀ ਹੈ, ਆਪਾਂ ਦੂਜੀ ਕੰਨੀ ਨਾਲ ਜਿਹੜਾ ਕੰਨੀ ਨੂੰ ਮਿਲਾ ਲੈਣਾ, ਕੰਨੀ ਨੂੰ ਮਿਲਾ ਕੇ ਜਿਹੜੀ ਆਪਣੇ ਇੱਕ ਟ੍ਰੈਂਗਲ ਸ਼ੇਪ ਦੀ ਜਿਹੜੀ ਪੂਣੀ ਬਣਾ ਲੈਣੀ ਹੈ। ਪੂਣੀ ਬਣਾ ਕੇ ਜਿਹੜਾ ਆਪਾਂ ਸਿਰ ਜਿਹੜਾ ਅੱਧ 'ਚੋਂ ਜਿਹੜਾ ਆਪਾਂ ਲੜ ਨੂੰ ਘੁਮਾ ਕੇ ਪਹਿਲਾਂ ਲੜ ਚੰਗੀ ਤਰ੍ਹਾਂ ਸਾਫ ਕਰਕੇ ਜਿਹੜਾ ਆਪਾਂ ਪੇਚਾਂ ਵਾਲਾ ਵੇਸ ਬੰਨਣਾ। ਅਤੇ ਜਿਹੜਾ ਆਪਣੇ ਜੇ ਆਪਾਂ ਪੇਚਾਂ ਵਾਲਾ ਵੇਸ ਬੰਨਦੇ ਹਾਂ, ਜਿਹੜਾ ਜੇ ਕੋਈ ਆਪਣੇ ਵੇਸ ਵਿੱਚ ਕੋਈ ਡੁੰਗ ਪੈਂਦਾ ਜਿਹੜਾ ਉਹ ਦਿਖ ਜਾਂਦਾ ਹੁੰਦਾ, ਜੇ ਆਪਾਂ ਵਾਲਾਂ ਵਾਲਾ ਬੰਨਦੇ ਹਾਂ ਜਿਹੜਾ ਉਹਦੇ ਵਿੱਚ ਕੋਈ ਡੁੰਗ ਨਹੀਂ, ਅਤੇ ਜਿਹੜੇ ਆਪਣੇ ਹੁੰਦੇ ਆ ਉਹ ਡੁੰਗ ਸੈੱਟ ਨਹੀਂ ਹੁੰਦੇ। ਅਤੇ ਬਾਅਦ ਵਿੱਚ ਜਿਹੜੀ ਆਪਣੀ ਪੱਗ ਵਿੱਚ ਵੀ ਡੁੰਗ ਖਾਸੇ ਪੈ ਜਾਂਦੇ ਆ, ਤਾਂ ਜਿਹੜਾ ਆਪਾਂ ਪੇਚਾਂ ਵਾਲਾ ਵੇਸ ਜਿਹੜੀ ਵੀ ਪੱਗ ਲਈ ਬੰਨਣਾ ਪੇਚਾਂ ਵਾਲਾ ਵੇਸ ਬੰਨਣਾ। ਅਤੇ ਫਿਰ ਆਪਾਂ ਜਿਹੜਾ ਲੜ ਚੰਗੀ ਤਰ੍ਹਾਂ ਸੈੱਟ ਕਰਕੇ, ਜੇ ਤੁਸੀਂ ਕੱਪੜਾ ਪਾਉਣਾ ਚਾਹੁੰਦੇ ਹੋ ਤਾਂ ਜੇ ਤੁਹਾਡੇ ਡੁੰਗ ਪੈਂਦਾ ਤਾਂ ਤੁਸੀਂ ਕੱਪੜਾ ਪਾ ਸਕਦੇ ਹੋ, ਨਹੀਂ ਅਦਰਵਾਈਜ਼ ਨਹੀਂ ਪਾ ਸਕਦੇ। ਜੇ ਨਹੀਂ ਪੈਂਦਾ ਫਿਰ ਤੁਸੀਂ ਨਾ ਪਾਓ। ਅਤੇ ਫਿਰ ਆਪਾਂ ਜਿਹੜਾ ਲਾਉਣਾ ਜਿਹੜਾ ਆਪਾਂ ਦੋਨੇ ਕੰਨੀਆਂ ਨੂੰ ਬਰਾਬਰ ਕਰਕੇ ਜਿਹੜੇ ਆਪਾਂ ਉਹਦੀ ਇੱਕ ਪੂਣੀ ਬਣਾਉਣੀ ਹੈ, ਪੂਣੀ ਬਣਾ ਕੇ ਜਿਹੜਾ ਪਹਿਲਾ ਪੱਲਾ ਹੋਊਗਾ ਜਿਵੇਂ ਆਪਾਂ ਪਹਿਲਾ ਪੱਲਾ ਬਣਾ ਲੈਣਾ, ਉਹਦਾ ਪਹਿਲੇ ਪੱਲੇ ਨੂੰ ਜਿਹੜਾ ਖੋਲ੍ਹ ਲੈਣਾ, ਅਤੇ ਖੋਲ੍ਹ ਕੇ ਜਿਹੜਾ ਆਪਾਂ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ, ਅਤੇ ਆਪਾਂ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਪਿੰਜ ਕਰਨਾ, ਤਾਂ ਜਿਹੜਾ ਆਪਣਾ ਥੱਲਿਓਂ ਜਿਹੜਾ ਪੇਚ ਆ ਉਹ ਪਤਲਾ ਰਹੇ ਅਤੇ ਜਿਹੜਾ ਉਹਦੇ ਵਿੱਚ ਕੋਈ ਡੁੰਗਣਾ ਪਵੇ। ਅਤੇ ਜਿਹੜੇ ਵੀਰ ਸਾਡੇ ਯੂਟਿਊਬ ਚੈਨਲ ਉੱਤੇ ਨਵੇਂ ਸਨ ਉਹ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅਤੇ ਫੇਸਬੁੱਕ ਪੇਜ ਉੱਤੇ ਨਵੇਂ ਸਨ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰ ਲਓ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ, ਤਾਂ ਜਿਹੜੇ ਵੀਰ ਜਿਹੜੀ ਆਪਣੀ ਪਟਿਆਲਾ ਸ਼ਾਹੀ ਪੱਗ ਬੰਨਣ ਵਿੱਚ ਕੋਈ ਪ੍ਰੋਬਲਮ ਆਉਂਦੀ ਆ, ਤਾਂ ਜਿਹੜੀ ਆਪਣੇ ਇਸ ਵੀਡੀਓ ਨੂੰ ਦੇਖ ਕੇ ਆਪਣੀ ਪ੍ਰੋਬਲਮ ਦਾ ਸਲਿਊਸ਼ਨ ਕਰ ਲੈਣ। ਅਤੇ ਜੇ ਕਿਸੇ ਵੀਰ ਨੇ ਅਮਰ ਪਟਿਆਲਾ ਸ਼ਾਹੀ ਪੱਗ ਦੀ ਜਿਹੜਾ ਸਪੇਸ ਹੁੰਦਾ ਉਹ ਵੀ ਆਪਾਂ ਜਿਹੜਾ ਵੀਡੀਓ ਨਾ ਦਿੱਤਾ, ਅਤੇ ਆਪਾਂ ਜਿਹੜਾ ਜਿਵੇਂ ਤੁਹਾਨੂੰ ਦੱਸਿਆ ਵੀਡੀਓ ਵਿੱਚ, ਅਤੇ ਆਪਾਂ ਲੜ ਚੰਗੀ ਤਰ੍ਹਾਂ ਸੈੱਟ ਕਰਕੇ, ਅਤੇ ਜਿਹੜਾ ਆਪਾਂ ਟ੍ਰੈਂਗਲ ਪੂਣੀ ਬਣਾਈ ਸੀਗੀ ਲੜਦੀ, ਆਪਾਂ ਜਿਹੜਾ ਉਤਲਾ ਕੰਨੀ ਦਾ ਹੁੰਦਾ ਜਿਹੜਾ ਉਹ ਨਾ ਆਪਾਂ ਸੁੱਟਕਣਾ, ਅਤੇ ਆਪਾਂ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ, ਅਤੇ ਜੇ ਕੋਈ ਕੱਪੜਾ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਪਾ ਸਕਦੇ ਹੋ, ਅਦਰਵਾਈਜ਼ ਨਹੀਂ ਪਾ ਸਕਦੇ, ਤੁਹਾਡੇ 'ਤੇ ਡਿਪੈਂਡ ਹੈ ਜਿਵੇਂ ਤੁਹਾਨੂੰ ਬੰਨਣਾ ਹੁੰਦਾ ਵੇਸ ਤੁਸੀਂ ਉਵੇਂ ਪਾ ਸਕਦੇ ਹੋ। ਅਤੇ ਜਿਹੜਾ ਆਪਾਂ ਵੇਸ ਸੈੱਟ ਕਰਕੇ ਜਿੱਤ ਤੋਂ ਆਪਣੀ ਜਿਹੜਾ ਬੇਸ ਦਾ ਵਧਾਊਗਾ, ਤਾਂ ਆਪਾਂ ਉੱਥੇ ਜਿਹੜਾ ਆਪਾਂ ਹਲਕਾ ਕੱਪੜਾ ਪਾ ਲੈਣਾ। ਜੇ ਵੀਡੀਓ ਪਸੰਦ ਆ ਰਹੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਜਿਹੜਾ ਆਪਾਂ ਆਖਰੀ ਲੜ ਲਾਉਣਾ, ਅਤੇ ਆਪਾਂ ਉਹਦੇ ਵਿੱਚ ਇੱਕ ਸਾਈਡ 'ਤੇ ਕੱਪੜਾ ਦੇਵਾਂਗੇ, ਤਾਂ ਜਿਹੜਾ ਆਪਣੀ ਜਿਹੜੀ ਪੱਗ ਆ ਉਹ ਦੋਨਾਂ ਸਾਈਡਾਂ ਤੋਂ ਜਿਹੜੀ ਫਲਾਵਟ ਚੰਗੀ ਤਰ੍ਹਾਂ ਰਹੇ ਅਤੇ ਬਰਾਬਰ ਰਹੇ ਜਿਹੜੀ ਆਪਣੀ ਪੱਗ। ਅਤੇ ਫਿਰ ਆਪਾਂ ਜਿਹੜਾ ਕੱਪੜਾ ਚੰਗੀ ਤਰ੍ਹਾਂ ਸੈੱਟ ਕਰਕੇ ਅਤੇ ਲੜ ਜਿਹੜਾ ਆਪਾਂ ਸੈੱਟ ਕਰਕੇ ਲਗਾ ਲੈਣਾ। ਅਤੇ ਫਿਰ ਆਪਾਂ ਜਿਹੜਾ ਜਿੱਥੇ ਕਿਤੋਂ ਆਪਣੇ ਜਿਹੜੇ ਕੇਸ ਹੋਣਗੇ ਉਹ ਨਿਕਲ ਹੋਣਗੇ ਜਾਂ ਬਾਹਰ ਹੋਣਗੇ, ਆਪਾਂ ਉਹਨਾਂ ਨੂੰ ਬਾਹਰ ਨਾਲ ਅੰਦਰ ਕਰ ਲੈਣਾ, ਅਤੇ ਆਪਾਂ ਜਿਹੜਾ ਸਿਰ ਢੱਕ ਲੈਣਾ, ਅਤੇ ਬੈਗ ਤੋਂ ਵੀ ਜਿਹੜੇ ਆਪਣੇ ਕੇਸ ਹੁੰਦੇ ਆ ਉਹਨਾਂ ਨੂੰ ਵੀ ਆਪਾਂ ਅੰਦਰ ਕਰ ਲੈਣਾ, ਅਤੇ ਜਿਹੜੀ ਆਪਾਂ 50 ਬੰਨਣੀ ਆ, ਅਤੇ ਉਸਨੂੰ ਚੰਗੀ ਤਰ੍ਹਾਂ ਜਿਹੜੀ ਆਪਾਂ ਚੌੜੀ ਕਰਕੇ 50, ਅਤੇ ਚੰਗੀ ਤਰ੍ਹਾਂ ਪ੍ਰੈਸ ਕਰਕੇ ਸਾਫ ਕਰਕੇ ਜਿਹੜੀ 50 ਬੰਨਣੀ ਆਪਾਂ ਨੇ, ਅਤੇ ਉੱਤੋਂ ਉੱਤੋਂ ਖਿੱਚ ਲੈਣੀ ਜਿਹੜੀ ਆਪਾਂ 50 ਬੰਨਣੀ ਹੈ। ਅਤੇ ਜਿਹੜਾ ਥੱਲਿਓਂ ਹੁੰਦਾ ਆਪਣੇ ਥੱਲਿਓਂ ਥੱਲੇ ਪਾਸੇ ਤੋਂ ਆਪਾਂ ਜਿਹੜੀ 50 ਦੀ ਡਬਲ ਥੋੜ੍ਹੀ ਜਿਹੀ ਆਪਾਂ ਉਸ ਪੱਲੇ ਨੂੰ ਆਪਾਂ ਜਿਹੜਾ ਥੱਲਿਓਂ ਮੋੜਾਂਗੇ, ਤਾਂ ਜਿਹੜਾ ਉੱਤੇ ਆਪਣਾ ਮੂਹਰੋਂ ਫਰੰਟ ਤੋਂ ਜਿਹੜੇ ਆਪਣੇ ਬੇਸ ਬੰਨਿਆ ਥੱਲੇ ਉਹ ਦਿਖੇ ਨਾ। ਅਤੇ ਆਪਾਂ ਚੰਗੀ ਤਰ੍ਹਾਂ ਵਾਲ ਕੱਟ ਕੇ 50 'ਚੋਂ ਚੰਗੀ ਤਰ੍ਹਾਂ ਪ੍ਰੈਸ ਕਰਕੇ ਅਤੇ ਸਾਫ ਕਰਕੇ ਲਗਾ ਲੈਣਾ, ਅਤੇ ਤਿੰਨ ਉਂਗਲਾਂ ਜਿਹੜੀ ਆਪਾਂ ਉਂਗਲੀ
ਉਤੇ ਉਂਗਲੀ ਉਂਗਲਾ ਜਿਹੜੀਆਂ ਉੱਤੇ 50 ਬੰਨਣੀ ਆਪਾਂ ਨੇ ਤੇ ਜਿਹੜੇ ਆਪਾਂ ਪੱਗ ਬੰਨਣੀਆਂ ਤੇ ਜਿਹੜਾ ਆਪਾਂ ਪੱਲੜ ਲਾਉਣਾ ਸੜਕ ਦੇ ਸੈਂਟਰ 'ਚ ਲਿਆ ਕੇ ਪੂਰਾ ਖੁੱਲ੍ਹਾ ਪਸਤਲੇ ਅਤੇ ਬੰਦ ਬੰਦ ਉੱਤੇ ਰੱਖਣਾ ਅਤੇ ਆਪਾਂ ਦੋਵੇਂ ਪੱਲਿਆਂ ਨੂੰ ਬਰਾਬਰ ਰੱਖਣਾ ਤਾਂ ਜਿਹੜਾ ਉਹ ਲੜ ਆਪਣਾ ਮੋਟਾ ਹੋਵੇ ਅਤੇ ਚੰਗੀ ਤਰ੍ਹਾਂ ਸਾਫ਼ ਹੋ ਜਾਵੇ ਅਤੇ ਆਪਾਂ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਅਤੇ ਦੋਵੇਂ ਪੱਲਿਆਂ ਨੂੰ ਬਰਾਬਰ ਕਰਕੇ ਆਪਾਂ ਇੱਕ ਵਾਰ ਮੋੜ ਲੈਣਾ ਲੜ ਨੂੰ ਨਾਲ ਦੀ ਨਾਲ ਪ੍ਰੈਸ ਕਰੀ ਜਾਣਾ ਤਾਂ ਜਿਹੜਾ ਉਹਦੇ ਵਿੱਚ ਕੋਈ ਬੰਨ ਨਾ ਰਹੇ ਅਤੇ ਆਪਾਂ ਜਿਹੜਾ ਉੱਤੋਂ ਵੀ ਲੜ ਨੂੰ ਦੱਬ ਕੇ ਚੰਗੀ ਤਰ੍ਹਾਂ ਅੱਧਿਆ ਕੁ ਅੱਧੀ ਗੱਲ ਢੱਕ ਕੇ ਲੜ ਨੂੰ ਅਤੇ ਜਿਹੜਾ ਆਪਾਂ ਉੱਤੋਂ ਕੋਈ ਉੱਤੋਂ ਬਲ ਕੱਢ ਲੈਣੇ ਆ ਜੇ ਥੱਲੇ ਬਲ ਪੈਂਦਾ ਤਾਂ ਆਪਾਂ ਜਿਹੜਾ ਉੱਤੋਂ ਹਲਕਾ ਜਿਹਾ ਕੱਪੜਾ ਖਿੱਚ ਲੈਣਾ ਤਾਂ ਜਿਹੜਾ ਉਹਦੇ ਵਿੱਚ ਕੋਈ ਬੰਨ ਨਾ ਰਹੇ ਅਤੇ ਆਪਾਂ ਜਿਹੜਾ ਅਗਲਾ ਲੜਾ ਬੈਗ ਤੋਂ ਪੈਂਚਰ ਲੜ ਨੂੰ ਪੈਂਚਰ ਕਰ ਲੈਣਾ ਅਤੇ ਪੂਣੀ ਦਾ ਬੰਦੋਬਸਤ ਉੱਤੇ ਖੁੱਲ੍ਹ ਪੈਂਦਾ ਥੱਲੇ ਅਤੇ ਪਹਿਲੇ ਬੰਨੇ ਨੂੰ ਆਪਾਂ ਜਿਹੜਾ ਖੋਲ੍ਹ ਲੈਣਾ ਮਾੜਾ ਹਲਕਾ ਜਿਹਾ ਹੋਲ ਕੇ ਆਪਾਂ ਚੰਗੀ ਤਰ੍ਹਾਂ ਅਤੇ ਮਿਠਾਈ ਵਾਲੇ ਪਾਸੇ ਨੂੰ ਜਿਹੜਾ ਦੂਜਾ ਬੱਲਾ ਆਪਾਂ ਮਿਠਾਈ ਵਾਲੇ ਪਾਸੇ ਨਾਲ ਜੋੜ ਲੈਣਾ ਅਤੇ ਆਪਾਂ ਲੜ ਨੂੰ ਚੰਗੀ ਤਰ੍ਹਾਂ ਡਬਲ ਫੋਲਡ ਕਰਕੇ ਅਤੇ ਲੜ ਨੂੰ ਮੋਟਾ ਕਰਕੇ ਅਤੇ ਚੰਗੀ ਤਰ੍ਹਾਂ ਸਾਫ਼ ਕਰਕੇ ਲਗਾ ਲੈਣਾ ਲੜ ਨੂੰ ਅਤੇ ਜਿਹੜੇ ਆਪਾਂ ਬਾਹਰ ਦੇ ਨਾਲ ਨਾਲ ਦੀ ਨਾਲ ਜਿਹੜੀ ਚੰਗੀ ਤਰ੍ਹਾਂ ਸਫਾਈ ਕਰਨੀ ਆ ਅਤੇ ਜਿਹੜੀ ਆਪਾਂ ਸਫਾਈ ਫਰੰਟ ਤੋਂ ਲੈ ਕੇ ਬੈਗ ਤੱਕ ਕਰਨੀ ਆ ਅਤੇ ਜਿਹੜਾ ਆਪਾਂ ਬਾਏ ਫੇਰ ਨਾਲ ਚੰਗੀ ਤਰ੍ਹਾਂ ਪੂਰੀ ਗਲਾਈ 'ਚ ਅਤੇ ਥੋੜ੍ਹਾ ਜਿਹਾ ਟਿੱਡਾ ਰੱਖ ਕੇ ਫੇਰਾਂਗੇ ਅਤੇ ਫਿਰ ਆਪਾਂ ਜਿਹੜਾ ਲੜ ਲਾਉਣਾ ਜਿਹੜਾ ਲੜ ਨੂੰ ਆਪਾਂ ਬੈਗ ਤੋਂ ਪੇਚੇ ਕਰ ਲੈਣਾ ਤਾਂ ਜਿਹੜਾ ਆਪਾਂ ਦੂਜਾ ਲੜ ਲਾਇਆ ਉਹ ਢਿੱਲਾ ਨਾ ਹੋਵੇ ਅਤੇ ਉਸ ਵਿੱਚ ਕੋਈ ਬੰਨ ਨਾ ਰਹੇ ਅਤੇ ਆਪਾਂ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਘਰ ਤੱਕ ਖੋਲ੍ਹ ਲੈਣਾ ਘਰ ਤੱਕ ਖੋਲ੍ਹ ਕੇ ਅਤੇ ਉੱਤੋਂ ਦੱਬ ਲੈਣਾ ਲੜ ਨੂੰ ਅਤੇ ਉੱਤੋਂ ਵੀ ਆਪਾਂ ਜਿਹੜੀ ਚੰਗੀ ਤਰ੍ਹਾਂ ਸ਼ੇਪ ਬਣਾ ਕੇ ਲੜ ਨੂੰ ਲਾਉਣਾ ਅਤੇ ਉਹਨਾਂ ਦਾ ਜਿਹੜਾ ਆਪਾਂ ਫਾਸਲਾ ਉਹ ਵੀ ਇੱਕੋ ਰੱਖਣਾ ਅਤੇ ਆਪਾਂ ਲੜ ਨੂੰ ਚੰਗੀ ਤਰ੍ਹਾਂ ਡਬਲ ਫੋਲਡ ਕਰ ਲੈਣ ਜੇ ਤੁਹਾਡਾ ਲੜ ਪਹਿਲੀ ਵਾਰ ਫੋਲਡ ਕਰੇ ਅਤੇ ਮੋਟਾ ਆ ਜਾਂਦਾ ਤਾਂ ਤੁਸੀਂ ਉਸਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਲਗਾ ਸਕਦੇ ਜੇ ਨਹੀਂ ਆਉਂਦਾ ਤਾਂ ਆਪਾਂ ਜਿਹੜਾ ਉਸਨੂੰ ਲੜ ਨੂੰ ਡਬਲ ਫੋਲਡ ਕਰਕੇ ਅਤੇ ਉਹਦਾ ਜਿਹੜਾ ਆਪਾਂ ਫਾਸਲਾ ਅਤੇ ਮਿਠਾਈ ਜਿਹੜੀ ਆਪਾਂ ਉਹਦੇ ਸੈੱਟ ਕਰਕੇ ਲਗਾਉਣਾ ਲੜ ਨੂੰ ਅਤੇ ਆਪਾਂ ਚੰਗੀ ਤਰ੍ਹਾਂ ਲੜ ਨੂੰ ਸੈੱਟ ਕਰਕੇ ਅਤੇ ਪ੍ਰੈਸ ਕਰਕੇ ਤਾਂ ਜਿਹੜਾ ਉਸ ਵਿੱਚ ਕੋਈ ਬੰਨ ਨਾ ਰਹੇ ਅਤੇ ਲੜ ਨੂੰ ਬੈਗ ਤੋਂ ਪਿੱਚ ਕਰ ਲੈਣਾ ਅਤੇ ਜਿਹੜੀ ਆਪਾਂ ਨੋਕ ਤੋਂ ਲੜ ਇੱਕੋ ਰੱਖਣੇ ਆ ਅਤੇ ਜਿਹੜੇ ਆਪਾਂ ਅੰਤ ਤੱਕ ਫਾਸਲਾ ਇੱਕੋ ਰੱਖਣਾ ਨੋਕ ਤੋਂ ਲੈ ਕੇ ਅੰਤ ਤੱਕ ਜਿਹੜਾ ਫਾਸਲਾ ਉਹ ਬਾਕੀ ਲੜਾਂ ਦੇ ਵਾਂਗੂ ਬਰਾਬਰ ਰੱਖਣਾ ਅਤੇ ਉੱਤਲੇ ਲੜਾਂ ਦੀ ਵੀ ਆਪਾਂ ਜਿਹੜੀ ਨਾਲ ਦੀ ਨਾਲ ਸੈਟਿੰਗ ਕਰ ਜਾਣੀਆਂ ਤੁਸੀਂ ਉੱਤਲੇ ਲੜਾਂ ਦੀ ਸੈਟਿੰਗ ਬਾਅਦ ਵਿੱਚ ਵੀ ਕਰ ਸਕਦੇ ਹੋ ਪਹਿਲਾਂ ਵੀ ਕਰ ਸਕਦੇ ਤੁਹਾਡੇ ਡਿਪੈਂਡ ਆ ਅਤੇ ਉੱਤਲੇ ਲੜਾਂ ਦੀ ਸੈਟਿੰਗ ਕਰਨ ਲਈ ਡਬਲ ਸ਼ੀਸ਼ਾ ਵੀ ਵਰਤ ਸਕਦੇ ਹੋ ਅਤੇ ਜਿਹੜਾ ਆਪਾਂ ਲੜ ਲੈਣਾ ਚੌਥਾ ਲੜ ਅਤੇ ਲੜ ਨੂੰ ਬੈਗ ਤੋਂ ਪਿੰਚ ਕਰ ਲੈਣਾ ਅਤੇ ਆਪਾਂ ਇੱਕ ਵਾਰ ਹਲਕਾ ਜਿਹਾ ਪਿੰਚ ਕਰਾਂਗੇ ਤਾਂ ਫਿਰ ਪਿੰਚ ਕਰਕੇ ਆਪਾਂ ਜਿਹੜਾ ਉੱਤੋਂ ਲੜ ਨੂੰ ਦੱਬ ਲੈਣਾ ਅਤੇ ਦੱਬ ਕੇ ਆਪਾਂ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਅਤੇ ਉਹਦੇ ਲੜ ਦੀ ਫਾਸਲਾ ਅਤੇ ਨੋਕ ਜਿਹੜੀ ਆਪਾਂ ਸੈੱਟ ਕਰਕੇ ਅਤੇ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਲਗਾ ਲੈਣਾ ਨਾ ਤੁਸੀਂ ਬਾਅਦ ਜਿਹੜਾ ਨਾਲ ਦੀ ਨਾਲ ਵੀ ਫਿਰ ਸਕਦੇ ਇਹ ਤੁਸੀਂ ਬਾਅਦ ਵਿੱਚ ਵੀ ਫਿਰ ਸਕਦੇ ਇਹ ਤੁਹਾਡੇ ਡਿਪੈਂਡ ਆ ਜਿਵੇਂ ਤੁਹਾਨੂੰ ਸੌਖਾ ਲੱਗਦਾ ਅਤੇ ਜਿਵੇਂ ਤੁਹਾਨੂੰ ਵਧੀਆ ਲੱਗਦਾ ਵੀ ਜਿਵੇਂ ਤੁਸੀਂ ਜ਼ਿਆਦਾ ਛੇਤੀ ਕਰ ਲੈਂਦੇ ਹੋ ਕੰਮ ਪੱਗ ਬੰਨ ਲੈਂਦੇ ਹੋ ਤਾਂ ਤੁਸੀਂ ਬਾਅਦ ਵਿੱਚ ਵੀ ਫਿਰ ਸਕਦੇ ਹੋ ਅਤੇ ਜਿਹੜਾ ਆਪਾਂ ਬਾਅਦ ਚੰਗੀ ਤਰ੍ਹਾਂ ਗਲਾਈ 'ਚ ਅਤੇ ਬੈਗ ਤੱਕ ਲੜਾਂ ਦੀ ਸਫਾਈ ਕਰਨੀ ਆ ਅਤੇ ਉੱਤਲੇ ਲੜਾਂ ਦੇ ਵਿੱਚ ਜਿਹੜਾ ਆਪਾਂ ਫਾਸਲਾ ਸੈੱਟ ਕਰਨਾ ਅਤੇ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਲਗਾ ਲੈਣਾ ਅਤੇ ਜਿਹੜੀ ਆਪਾਂ ਸ਼ੇਪ ਬਣਾ ਕੇ ਚੌਥੇ ਲੜ ਤੋਂ ਆਪਾਂ ਜਿਹੜੀ ਸ਼ੇਪ ਬਣਾਉਣੀ ਸਟਾਰਟ ਕਰ ਦੇਣੀ ਆ ਅਤੇ ਜਿਹੜਾ ਆਪਾਂ ਚੌਥਾ ਅਤੇ ਪੰਜਵਾਂ ਲੜ ਲਾਉਣਾ ਉਹ ਅੱਖ ਤਾਂ ਖੋਲ੍ਹਾਂਗੇ ਤਾਂ ਜਿਹੜਾ ਆਪਣਾ ਲੜਾ ਕਾਲੀ ਲੜ ਉਹ ਖਿਸਕੇ ਨਾ ਅਤੇ ਲੜ ਨੂੰ ਆਪਾਂ ਬੈਗ ਤੋਂ ਪਿੰਚ ਕਰਕੇ ਅੱਖ ਤੱਕ ਖੋਲ੍ਹ ਕੇ ਜੇ ਆਪਾਂ ਜਿਹੜਾ ਸੱਜੇ ਪਾਸੇ ਵੱਲ ਤੋਂ ਵੀ ਆਪਾਂ ਜਿਹੜਾ ਲੜਾਂ ਨੂੰ ਸਾਫ਼ ਰੱਖਾਂਗੇ ਤਾਂ ਜਿਹੜਾ ਉੱਤਲੇ ਲੜ ਜਿਹੜਾ ਆਪਾਂ ਲਾਈਏ ਤਾਂ ਉਹਨਾਂ ਵਿੱਚ ਕੋਈ ਬੰਨ ਨਾ ਰਹੇ ਅਤੇ ਜਿਹੜਾ ਆਪਾਂ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਅਤੇ ਲੜ ਨੂੰ ਚੰਗੀ ਤਰ੍ਹਾਂ ਡਬਲ ਫੋਲਡ ਕਰ ਲੈਣਾ ਅਤੇ ਜਿਹੜੀ ਆਪਾਂ ਸ਼ੇਪ ਸੈੱਟ ਕਰਕੇ ਅਤੇ ਉੱਤੋਂ ਲੜ ਨੂੰ ਦੱਬਣਾ
ਤੇ ਉੱਤੋਂ ਲੜਨ ਹਰੇਕ ਜਿਹੜਾ ਹਰੇਕ ਲੜਾ ਆਪਾਂ ਉੱਤੋਂ ਤੋਂ ਬਣਾਉਂਦਾ ਹਾਂ, ਜਿਹੜਾ ਉੱਤਲਾ ਲੜਾ ਕੋਈ ਢਿੱਲਣਾ ਹੋਵੇ ਅਤੇ ਆਪਣੀ ਜਿਹੜੀ ਸ਼ੇਪ ਆ ਉਹ ਦੇਖਣ 'ਚ ਵੀ ਵਧੀਆ ਲੱਗੇ। ਜੇ ਤੁਸੀਂ ਉੱਤੋਂ ਨਹੀਂ ਵਧੀਆ ਦੱਬਦੇ ਹੈਗੇ ਲੜਨ ਨੂੰ ਤਾਂ ਜਿਹੜੀ ਆਪਣੀ ਸ਼ੇਪ ਆ ਉਹ ਜਿਹੜੀ ਉੱਤੇ ਨੂੰ ਹੋ ਜਾਂਦੀ ਹੈ ਅਤੇ ਮੁੱਢੀ ਰਹਿੰਦੀ ਹੈ ਸ਼ੇਪ, ਅਤੇ ਆਪਾਂ ਚੰਗੀ ਤਰ੍ਹਾਂ ਸੈੱਟ ਕਰਕੇ ਲੜ ਲਗਾ ਦੇਣਾ। ਅਤੇ ਜਿਹੜਾ ਆਪਾਂ ਲੜ ਤੋਂ ਲੜ ਨੂੰ ਬੈਕ ਤੋਂ ਦੱਬਣਾ ਅਤੇ ਉੱਤਲੇ ਲੜਾਂ ਦੀ ਸੈਟਿੰਗ ਕਰਨੀ ਆ। ਅਤੇ ਫਿਰ ਆਪਾਂ ਜਿਹੜੀ ਸ਼ੇਪ ਸੈੱਟ ਕਰਨੀ ਆ ਅਤੇ ਫਿਰ ਆਪਾਂ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਨਾ ਅਤੇ ਸਭ ਤੋਂ ਚੰਗੀ ਤਰ੍ਹਾਂ ਸਾਫ਼ ਕਰਕੇ ਲੜ ਲਗਾਉਣੇ ਆ। ਅਤੇ ਫਿਰ ਆਪਾਂ ਜਿਹੜਾ ਅਗਲਾ ਲੜਾ ਲਾਉਣਾ ਸੀਵਾਂ ਲੜ ਜਿਹੜਾ ਆਪਣੀ ਸੈਕਿੰਡ ਲਾਸਟ ਲੜਨ ਦਾ ਉਹਨੂੰ ਆਪਾਂ ਬੈਕ ਤੋਂ ਵਿੰਚ ਕਰ ਲੈਣਾ ਅਤੇ ਪੂਣੀ ਦਾ ਬਾਅਦ ਆਪਾਂ ਸੋਤੇ ਰੱਖ ਲੈਣਾ ਅਤੇ ਖੋਲ੍ਹਦਾ ਪਾਸਾ ਥੱਲੇ ਅਤੇ ਆਪਾਂ ਲੜ ਨੂੰ ਅੱਖਦਾ ਖੋਲ੍ਹ ਕੇ ਅਤੇ ਉੱਤੋਂ ਜਿਹੜਾ ਲੜ ਨੂੰ ਆਪਾਂ ਦੱਬ ਲੈਣਾ ਅਤੇ ਸ਼ੇਪ ਜਿਹੜੀ ਉੱਤੋਂ ਸੈੱਟ ਕਰ ਲੈਣੀਆਂ। ਅਤੇ ਲੜ ਨੂੰ ਆਪਾਂ ਡਬਲ ਫੋਲਡ ਕਰਕੇ ਅਤੇ ਸ਼ੇਪ ਬਣਾ ਕੇ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਲਾ ਲੈਣਾ। ਅਤੇ ਜੇ ਕੁਛ ਉਹਦੇ ਵਿੱਚ ਡੁੰਗ ਪੈਂਦਾ ਤਾਂ ਆਪਾਂ ਉਹਨੂੰ ਜਿਹੜਾ ਕੱਢ ਕੇ ਅਤੇ ਲਗਾ ਲੈਣਾ ਲੜ ਨੂੰ, ਅਤੇ ਜਿਹੜੀ ਆਪਾਂ ਸ਼ੇਪ ਸੈੱਟ ਕਰਕੇ ਅਤੇ ਲਗਾ ਲੈਣਾ ਅਤੇ ਲੜ ਨੂੰ ਚੰਗੀ ਤਰ੍ਹਾਂ ਲਗਾ ਕੇ ਅਤੇ ਪਹਿਲਾਂ ਤਾਂ ਆਪਾਂ ਜਿਹੜਾ ਫਾਸਲਾ ਉਹ ਥੋੜ੍ਹਾ ਰੱਖਾਂਗੇ ਤਾਂ ਜਿਹੜਾ ਆਪਾਂ ਬਾਜ ਫੇਰੀਏ ਤਾਂ ਜਿਹੜਾ ਆਪਾਂ ਉਹਦਾ ਫਾਸਲਾ ਰੱਖਣਾ ਚਾਹੁੰਦੇ ਹਾਂ ਤਾਂ ਉਹ ਜਿਹੜਾ ਉਹਦਾ ਫਾਸਲਾ ਇੱਕੋ ਉਹੀ ਰਹੇ। ਅਤੇ ਜਿਹੜਾ ਆਪਾਂ ਲੜ ਚੰਗੀ ਤਰ੍ਹਾਂ ਸੇਫ ਸੈੱਟ ਕਰਕੇ ਲਗਾ ਕੇ ਅਤੇ ਉੱਤੋਂ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਅਤੇ ਨੋਕ ਤੋਂ ਜਿਹੜਾ ਆਪਾਂ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਅਤੇ ਬਾਅਦ ਨਾਲ ਜਿਹੜਾ ਆਪਾਂ ਲੜ ਦਾ ਫਾਸਲਾ ਅਤੇ ਜਿਹੜੀ ਉਹਦੀ ਮਿਟਾਈ ਆਪਾਂ ਸੈੱਟ ਕਰਾਂਗੇ। ਅਤੇ ਜਿਹੜਾ ਆਪਾਂ ਫਰੰਟ ਤੋਂ ਜਿਹੜਾ ਆਪਾਂ ਜਿੰਨੀ ਚੌੜਾਈ 'ਚ ਨੋਕ ਰੱਖਦੇ ਹਾਂ ਤਾਂ ਆਪਾਂ ਜਿਹੜੀ ਉਹਦੇ ਗਾਂ ਆ ਕੇ ਛੇਵਾਂ ਲੜ ਚੌੜਾਈ 'ਚ ਲਗਾਉਣਾ। ਅਤੇ ਫਿਰ ਜਿਹੜਾ ਆਪਾਂ ਕਲਗੀ ਲੜ ਲਾਉਣਾ ਜਿਹੜਾ ਪੱਗ ਪਹਿਨ ਲਾਉਣਾ ਆਪਾਂ ਉਹ ਨੱਕ ਦੀ ਸ਼ੀਧ ਵਿੱਚ ਲਾਉਣਾ ਅਤੇ ਛੇਵਾਂ ਲੜ ਵੀ ਜਿਹੜਾ ਆਪਾਂ ਨੱਕ ਦੀ ਸ਼ੀਧ ਵਿੱਚ ਲਗਾਉਣਾ ਅਤੇ ਆਪਾਂ ਜਿਹੜਾ ਕਲਗੀ ਲੜ ਲਾਉਣਾ ਅਤੇ ਜਿਹੜਾ ਆਪਾਂ ਪੱਗ ਪਹਿਨ ਲਾਉਣਾ ਉਹ ਥੋੜ੍ਹਾ ਟਿੱਡਾ ਰੱਖ ਕੇ ਆਪਾਂ ਥੋੜ੍ਹਾ ਜਿਹਾ ਬਾਹਰ ਰੱਖਾਂਗੇ ਪਿੰਨ ਨੂੰ ਤਾਂ ਜਿਹੜਾ ਆਪਣਾ ਉਹ ਲੜਾ ਉਹ ਢਿੱਲਣਾ ਨਹੀਂ ਅਤੇ ਉਹ ਉੱਥੋਂ ਖਿਸ ਕੇ ਨਾ। ਅਤੇ ਫਿਰ ਜਿਹੜਾ ਆਪਾਂ ਕਲਗੀ ਲੜ ਲਾਉਣਾ ਅੱਧਾ ਉੱਤੇ ਅੱਧਾ ਥੱਲੇ ਹੋਲਡ ਕਰਕੇ ਅਤੇ ਚੰਗੀ ਤਰ੍ਹਾਂ ਲੜ ਨੂੰ ਪ੍ਰੈਸ ਕਰ ਲੈਣਾ ਅਤੇ ਜਿੱਥੇ ਕਿਤੇ ਬਲ ਰਹਿੰਦਾ ਤਾਂ ਆਪਾਂ ਉੱਥੋਂ ਹਲਕਾ ਹਲਕਾ ਜਿਹਾ ਕੱਪੜਾ ਚੱਕ ਲੈਣਾ ਉੱਤੋਂ ਅਤੇ ਉੱਤੋਂ ਕੱਪੜਾ ਚੱਕ ਕੇ ਲੜ ਨੂੰ ਚੰਗੀ ਤਰ੍ਹਾਂ ਪ੍ਰੈਸ ਕਰਕੇ ਅਤੇ ਸ਼ੇਪ ਸੈੱਟ ਕਰਕੇ ਲੜ ਨੂੰ ਪੱਗ ਪਿੰਨ ਦੇ ਥੱਲੇ 'ਚ ਲਿਆ ਕੇ ਅਤੇ ਸੱਜੇ ਪਾਸੇ ਵੱਲ ਨੂੰ ਮੋੜ ਲੈਣਾ ਅਤੇ ਜਿਹੜਾ ਪੂਣੀ ਦਾ ਖੋਲ੍ਹਾ ਪਾਸਾ ਹੁੰਦਾ ਉਹਦੇ ਵਿੱਚ ਜਿਹੜੇ ਬੈਗ ਦੇ ਹੁੰਦੇ ਨੇ ਵੱਲ ਉਹਨਾਂ ਨੂੰ ਆਪਾਂ ਸੈੱਟ ਕਰਕੇ ਛੇਵੇਂ ਲੜ ਦੇ ਥੱਲੇ ਦੱਬ ਲੈਣਾ। ਅਤੇ ਜਿਹੜੇ ਵੀ ਪੱਗ ਨੂੰ ਪਿਆਰ ਕਰਦੇ ਆ ਉਹ ਸਟਾਰ ਜ਼ਰੂਰ ਭੇਜਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਸਾਡੇ ਫੇਸਬੁੱਕ ਪੇਜ ਨੂੰ ਵੀ ਫੋਲੋ ਜ਼ਰੂਰ ਕਰਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਅਤੇ ਵੀਡੀਓ ਨੂੰ ਐਡ ਤੱਕ ਜ਼ਰੂਰ ਦੇਖਿਆ ਕਰੋ। ਅਤੇ ਜਿਹੜਾ ਆਪਾਂ ਸੈੱਟ ਕਰਨਾ ਉਹ ਜਿਹੜਾ ਆਪਾਂ ਪਹਿਲਾਂ ਲਾਏ ਸੀ ਉਹਨੂੰ ਪਿੱਛੋਂ ਬੈਕ ਤੋਂ ਖਿੱਚ ਲੈਣਾ ਅਤੇ ਉਹਨੂੰ ਉੱਤੇ ਚੰਗੀ ਤਰ੍ਹਾਂ ਫੁਲਾ ਕੇ ਲੜ ਨੂੰ ਜਿਹੜਾ ਆਪਾਂ ਫਰੰਟ ਤੋਂ ਲੈ ਕੇ ਬੈਕ ਤੱਕ ਜਿਹੜਾ ਲੜ ਨੂੰ ਫੁਲਾ ਲੈਣਾ, ਫੁਲਾ ਕੇ ਚੰਗੀ ਤਰ੍ਹਾਂ ਅਤੇ ਡਬਲ ਫੋਲਡ ਕਰ ਲੈਣਾ ਤਾਂ ਜਿਹੜਾ ਆਪਾਂ ਥੱਲੇ ਕੇਸ਼ਕੀ ਜਾਂ ਬੇਸ ਬਣਿਆ ਉਹ ਜਿਹੜਾ ਉੱਤੋਂ ਦਿਖੇ ਨਾ। ਅਤੇ ਫਿਰ ਆਪਾਂ ਜਿਹੜਾ ਚੰਗੀ ਤਰ੍ਹਾਂ ਫੁਲਾ ਕੇ ਅਤੇ ਇੱਕ ਗੱਲ ਦਾ ਮੂਹਰੋਂ ਧਿਆਨ ਰੱਖਿਓ ਵੀ ਜਿਹੜਾ ਆਪਾਂ ਪਹਿਲਾਂ ਲਾਇਆ ਉਹ ਖਿਸਕੇ ਨਾ, ਜਿਹੜੇ ਢਕਦੇ ਢਕਦੇ ਸਮੇਂ ਆਪਾਂ ਜਿਹੜਾ ਪਹਿਲਾਂ ਜਿਹੜਾ ਉਹ ਖਿਸਕਾ ਲੈਂਦੇ ਹਾਂ। ਅਤੇ ਆਪਾਂ ਜਿਹੜਾ ਆਪਾਂ ਧਿਆਨ ਰੱਖਣਾ ਵੀ ਜਿਹੜਾ ਆਪਣਾ ਪਹਿਲਾਂ ਜਿਹੜਾ ਉਹ ਖਿਸਕੇ ਨਾ ਅਤੇ ਚੰਗੀ ਤਰ੍ਹਾਂ ਸਿਰ ਕਵਰ ਕਰਨਾ ਅਤੇ ਉਂਗਲੀ 'ਤੇ ਗੂਠੇ ਨਾ, ਤੁਸੀਂ ਸਿਰ ਢੱਕਣ ਲਈ ਡਬਲ ਸ਼ੀਸ਼ਾ ਵੀ ਵਰਤ ਲੈਣਾ ਅਤੇ ਬਾਅਦ ਨਾਲ ਚੰਗੀ ਤਰ੍ਹਾਂ ਚਾਰੋਂ ਪਾਸੇ ਚਾਰੋਂ ਪਾਸਿਓਂ ਆਪਾਂ ਜਿਹੜਾ ਬਾਅਦ ਗੋਲ ਘੁਮਾ ਦੇਣਾ ਤਾਂ ਜਿਹੜਾ ਆਪਣਾ ਸਿਰ ਟਾਇਟ ਅਤੇ ਚੰਗੀ ਤਰ੍ਹਾਂ ਢੱਕਿਆ ਜਾਵੇ। ਅਤੇ ਫਿਰ ਆਪਾਂ ਜਿਹੜਾ ਚੰਗੀ ਤਰ੍ਹਾਂ ਬਾਅਦ 'ਚ ਪੂਰੀ ਗਲਾਈ 'ਚ ਫੇਰ ਕੇ ਅਤੇ ਬੈਗ ਦਾ ਲੜ ਅੱਧਾ ਸੱਜਾ ਅੱਧਾ ਖੱਬਾ ਫੋਲਡ ਕਰਕੇ ਲੜ ਨੂੰ ਲਗਾ ਲੈਣਾ ਬੈਗ 'ਤੇ ਦੱਬ ਲੈਣਾ ਅਤੇ ਜਿਹੜਾ ਆਪਾਂ ਲੜ ਉਹ ਵੀ ਚੌੜਾ ਕਰਕੇ ਲਗਾਵਾਂਗੇ। ਅਤੇ ਬਾਕੀ ਆਪਾਂ ਜਿਹੜੀ ਪੱਗ ਦੀ ਸੈਟਿੰਗ ਕਰਾਂਗੇ ਜਿੱਥੋਂ ਕਿਤੇ ਸਿਰ ਨੰਗਾ ਰਹਿੰਦਾ ਆਪਾਂ ਉੱਥੋਂ ਸਿਰ ਨੂੰ ਢੱਕ ਲੈਣਾ।
ਫਿਰ ਆਪਾਂ ਜਿਹੜੀ ਸ਼ੇਪ ਸੈੱਟ ਕਰਨੀ ਹੈ। ਵੀਡੀਓ ਦੇਖਣ ਲਈ ਧੰਨਵਾਦ। ਅਗਲੀ ਵੀਡੀਓ ਜਲਦੀ ਹੀ ਲੈ ਕੇ ਹਾਜ਼ਰ ਹੁੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।